ਸਭ ਝੂਠ ਦਾ ਝੂਠ ਸੱਚ ਦਾ ਸੱਚ ਲੋਕਾਂ ਦੇ ਸਾਹਮਣੇ ਆ ਗਿਆ ਆ। ਮੈਨੂੰ ਲੱਗਦਾ ਕਾਂਗਰਸ ਦੀ ਸਰਕਾਰ ਬਣੂਗੀ, ਚੰਨੀ ਸਰਕਾਰ ਬਣੂਗੀ। ਜੀ ਲੋਕਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਇਹ ਸੱਚ ਦੀ ਸਰਕਾਰ ਆ, ਹੱਕ ਦੀ ਸਰਕਾਰ ਆ। ਤੁਸੀਂ ਦੇਖ ਰਹੇ ਹੋ ਐਸ ਐਮ ਪ੍ਰਗਟ ਸਿੰਘ ਦੇ ਸਪੁੱਤਰ ਜਿਹੜੇ ਹਰਤਾਜ ਸਿੰਘ ਹੈ ਆਪਣੇ ਮੋਟਰਸਾਈਕਲ ਤੋਂ ਰੈਲੀ ਕੱਢ ਰਹੇ ਹੈਗੇ ਆ, ਅਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਹਾਂ ਹਰਤਾਜ ਸਿੰਘ ਨਾਲ। ਸਰ ਜੀ, ਅੱਜ ਜਿਹੜੀ ਰੈਲੀ ਕੱਢ ਰਹੇ ਬਾਰੇ ਕੀ ਕਹਿਣਾ ਚਾਹੋਗੇ? ਜੀ ਅੱਜ ਰੈਲੀ ਦੇਖ ਕੇ ਉਤਸ਼ਾਹ ਲੋਕਾਂ ਦਾ ਦੇਖ ਕੇ ਖੁਸ਼ੀ ਮਿਲਦੀ ਆ। ਤੋ ਮੈਂ ਦੇਖ ਰਿਹਾ ਜਿੱਥੇ ਕਾਂਗਰਸ ਪਾਰਟੀ ਨੂੰ ਅਤੇ ਪ੍ਰਗਟ ਸਿੰਘ ਨੂੰ ਇੰਨਾ ਪਿਆਰ ਮਿਲ ਰਿਹਾ, ਜਿੱਤ ਦਾ ਐਲਾਨ, ਜਿੱਤ ਦਾ ਅਹਿਸਾਸ ਲੱਗ ਰਿਹਾ, ਸੋ ਬਹੁਤ ਖੁਸ਼ੀ ਮਿਲ ਰਹੀ ਹੈ ਜੀ। ਅੱਜ ਲਾਸਟ ਦਾ ਦੇਣਾ, ਇਹਦੇ ਬਾਰੇ ਕੀ ਤੁਸੀਂ ਕੀ ਕਹਿਣਾ ਚਾਹੋਗੇ? ਜੀ ਲਾਸਟ ਦਾ ਦੇਣੇ ਆ, ਸਭ ਝੂਠ ਦਾ ਝੂਠ ਸੱਚ ਦਾ ਸੱਚ ਲੋਕਾਂ ਦੇ ਸਾਹਮਣੇ ਆ ਗਿਆ ਆ। ਮੈਨੂੰ ਲੱਗਦਾ ਕਾਂਗਰਸ ਦੀ ਸਰਕਾਰ ਬਣੂਗੀ, ਚੰਨੀ ਸਰਕਾਰ ਬਣੂਗੀ, ਪੰਜਾਬ ਦਾ ਭਲਾ ਹੋਊਗਾ ਜੀ। ਅਸੀਂ ਉਮੀਦ ਕਰਦੇ ਕਿ ਤੁਹਾਡੀ ਸਰਕਾਰ ਦੁਆਰਾ ਆਏਗੀ, ਅਤੇ ਲੋਕਾਂ ਨੂੰ ਕੀ ਹੋਰ ਕੀ ਕਹਿਣਾ ਚਾਹੋਗੇ ਤੁਸੀਂ? ਜੀ ਲੋਕਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਇਹ ਸੱਚ ਦੀ ਸਰਕਾਰ ਆ, ਹੱਕ ਦੀ ਸਰਕਾਰ ਆ। ਵੱਧ ਚੜ੍ਹ ਕੇ ਵੋਟਾਂ ਪਾ ਕੇ ਆਪਾਂ ਜਵਾਬ ਦੇਈਏ ਜਿਹੜੇ ਲੋਕ ਬੇਅਦਬੀ ਦੇ ਜਿਹੜੇ ਛਿੱਟੇ ਮਾਰਦੇ ਸੀਗੇ ਇਹਦੇ ਉੱਤੇ ਬੇਈਮਾਨੀ ਦੇ, ਉਹਨਾਂ ਨੂੰ ਠੋਕ ਕੇ ਜਵਾਬ ਦਈਏ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਧੰਨਵਾਦ। ਇਹ ਸੀਗੇ ਹਰਤਾਜ ਜੀ, ਜਿਹੜੇ ਵੋਟਾਂ ਮੰਗ ਰਹੇ ਆਪਣੇ ਪਿਤਾ ਜੀ ਵਾਸਤੇ।